ਹੋਰ ਵੱਡੀ ਕੀ ਗੱਲ ਹੋ ਸਕਦੀ ਹੈ ਬਾਈ ਜੀ ਇਹ ਪੁੱਛ ਰਹੇ ਨੇ موسی ਤੋਂ ਕੀ ਮਤਲਬ ਹੈ ਬਾਈ ਜੀ ਥੋੜਾ ਸਬਰ ਵੀ ਰੱਖੋ ਆਉਣ ਤਾਂ ਦੋ ਜਿੱਥੇ ਤੁਸੀਂ ਸਮਝ ਰਹੇ ਹੋ ਸ਼ਾਇਦ ਉਹੀ ਹੋਵੇ ਸ਼ਾਇਦ ਰੋਹੀ ਗੱਲ ਹੈ ਨਾ ਉਹ ਕਾਕਾ ਤੂੰ ਨਹੀਂ ਚੱਲਦਾ ਇਹ ਤੇਰਾ ਟਾਈਮ ਹੈ ਇੰਡਸਟਰੀ ਤੂੰ ਹੀ ਖਿੱਚੀ ਫਿਰਦਾ ਹੈ ਬੇਟੇ ਤੇਰਾ ਵਹਿਮ ਹੈ ਕਲਮ ਦਾ ਜ ਮੈਂ ਇਹ ਨਾ ਚੀਜ਼ਾਂ ਨੂੰ ਪਰਵਾਹ ਨਹੀਂ ਕਰਦਾ ਵੀ ਇਹਦੇ ਇੰਨੇ ਫੈਨ ਐ ਤੇ ਇਹਦੇ ਇੰਨੇ ਵਿਊ ਐ ਜਦੋਂ ਚਿੱਤ ਕਰੂਗਾ ਦਿਲੋਂ ਬੋਲਾਂਗੇ ਜਦੋਂ ਦਿਲ ਨਹੀਂ ਕਰਦਾ ਬੋਲਣਾ ਨੂੰ ਉਦੋਂ ਕੀ ਬੋਲਾਂਗੇ ਉਹ ਗੱਗੂ ਰਾਜੋ ਮੱਜਰੀਆ ਵਾਹ ਕਹਿੰਦਾ ਉੱਡਦਾ ਤੀਰ ਚੜ੍ਹਦੇ ਹੀ ਗਲਾ ਚ ਰਹਿ ਵੀਰੇ ਤੀਰ ਦਾ ਰੁੱਖ ਤਾਂ ਬਦਲ ਜਾਂਦਾ ਹੁੰਦਾ ਪਿੱਛਾ ਬਚਾ ਕੇ ਰੱਖਣਾ ਰਾਜੋ ਮੱਜਰੀਆ ਜੀ ਸਰੋਂ ਉਪਰੋਂ ਜਿਵੇਂ ਪਾਣੀ ਦੇ ਉੱਤੇ ਤੇਲ ਤੈਰਦਾ ਤੂੰ ਉੱਪਰ ਉੱਪਰ ਤੈਰਦਾ ਅੰਦਰ ਡੁਬਕੀ ਲਾਉਣੀ ਪੈਂਦੀ ਐ ਸੋ ਅਸੀਂ ਆਪਣੇ ਤਜਰਬੇ ਚੋਂ ਬੋਲਦੇ ਹੁੰਨੇ ਆ ਬੇਟੇ ਐ ਨਹੀਂ ਕਰੀਦਾ ਹੁੰਦਾ ਹਾਂਜੀ ਦੋਸਤੋ ਕੀ ਹਾਲਾਜੀ ਸਾਰਿਆਂ ਦਾ ਦੋਸਤੋ ਪੰਜਾਬੀ ਇੰਡਸਟਰੀ ਵਿੱਚ ਸਿੱਧੂ ਮੂਸੇਵਾਲਾ ਇੱਕ ਅਜਿਹਾ ਨਾਮ ਹੈ ਜੋ ਕਿ ਹਾਲੀਵੁੱਡ ਤੱਕ ਗੂੰਜਦਾ ਹੈ ਤੇ ਇਹ ਸਾਡੇ ਲਈ ਇੱਕ ਮਾਣ ਵਾਲੀ ਗੱਲ ਹੈ ਪਰ ਸਾਡੀ ਪੰਜਾਬੀ ਇੰਡਸਟਰੀ ਦੇ ਕੁਝ ਕੁ ਲੋਕ ਇੱਕ ਦੂਜੇ ਦੀ ਲੱਤਾਂ ਖਿੱਚਣ ਤੇ ਲੱਗੇ ਹੋਏ ਨੇ ਜਿਸ ਬੰਦੇ ਦਾ ਹੁਣ ਗੀਤ ਨਹੀਂ ਚੱਲਦਾ ਉਹ ਕੌਂਟਰੋਵਰਸੀ ਕ੍ਰੀਏਟ ਕਰ ਲੈਂਦਾ ਹੈ ਇਸੇ ਤਰ੍ਹਾਂ ਹੀ ਹੁਣ ਇੱਕ ਹੋਰ ਪੰਜਾਬੀ ਸਿੰਗਰ ਜੱਸੀ ਜਸਰਾਜ ਨੇ ਲਾਈਵ ਆ ਕੇ ਸਿੱਧੂ ਖਿਲਾਫ ਕਾਫੀ ਕੁਝ ਬੋਲਿਆ ਹੈ ਉਸ ਦਾ ਲਾਈਵ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜੱਸੀ ਜਸਰਾਜ ਨੇ ਆਪਣਾ ਪਹਿਲਾ ਸੌਂਗ ਹਨੀ ਸਿੰਘ ਨਾਲ ਕੀਤਾ ਸੀ ਫਿਰ ਹਨੀ ਸਿੰਘ ਨਾਲ ਵੀ ਉਸਦੀ ਲੜਾਈ ਹੋ ਗਈ ਉਸ ਤੋਂ ਬਾਅਦ ਜੱਸੀ ਜਸਰਾਜ ਨੇ ਬੱਬੂ ਮਾਨ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਪਰ ਬੱਬੂ ਮਾਨ ਦੇ ਫੈਨਾਂ ਅੱਗੇ ਉਸਦੀ ਇੱਕ ਨਾ ਚੱਲੀ ਫਿਰ ਜੱਸੀ ਜਸਰਾਜ ਨੇ ਆਪਣੀ ਕਿਸਮਤ ਰਾਜਨੀਤੀ ਵਿੱਚ ਅਜਮਾਈ ਜਸਰਾਜ ਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਤਾਂ ਮਿਲ ਗਈ ਪਰ ਉਸ ਵਿੱਚ ਵੀ ਉਸ ਨੂੰ ਭਾਰੀ ਵੋਟਾਂ ਨਾਲ ਹਾਰ ਮਿਲੀ ਹੁਣ ਜੱਸੀ ਜਸਰਾਜ ਆਪਣਾ ਸੌਂਗ ਇੰਟਰਨੈਸ਼ਨਲ ਵਿਲੇਜਰ 2 ਕੱਢ ਰਿਹਾ ਹੈ ਉਸ ਨੇ ਆਪਣੇ ਸੌਂਗ ਦਾ ਟਾਈਟਲ ਵੀ ਸਿੱਧੂ ਦੇ ਨਾਮ ਤੇ ਰੱਖਿਆ ਬਾਕੀ ਤੁਸੀਂ ਵੀ ਜਸਰਾਜ ਲਾਈਵ ਦੇਖੋ ਤੇ ਇਸ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇਵੋ ਤੇ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਫੈਨ ਹੋ ਤਾਂ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਓਕੇ ਧੰਨਵਾਦੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਸਜੀਤ ਜਸਰਾਜ ਨੈਸ਼ਨਲ ਵਿਲੇਜਰ 2 ਜਿਹੜਾ ਸਾਡਾ ਗੀਤ ਹੈ ਨੈਸ਼ਨਲ ਵਿਲੇਜਰ 2 ਮੂਸਾ 18 ਸਪਟੰਬਰ 2020 ਨੂੰ ਸਾਡੀ ਟੀਮ ਨੇ ਡਿਸਾਈਡ ਕੀਤਾ ਕਿ ਰਿਲੀਜ਼ ਕਰੀਏ ਬਾਕੀ ਤੁਸੀਂ ਦੱਸੋ 18 ਸਪਟੰਬਰ 2020 ਤੋਂ ਪਹਿਲਾਂ ਤਾਂ ਹੋ ਨਹੀਂ ਸਕਦਾ ਉਸ ਤੋਂ ਥੋੜਾ ਲੇਟ ਤਾਂ ਹੋ ਸਕਦਾ ਸੋ ਆਪ ਜੀ ਨਾਲ ਮੈਂ ਗੱਲਬਾਤ ਕਰ ਲਈਏ ਸਾਥੀਓ ਨੈਸ਼ਨਲ ਵਿਲੇਜਰ ਅੱਜ ਅਸੀਂ ਆਪਣੇ ਫੇਸਬੁੱਕ ਚੈਨਲ ਤੇ ਪਾਇਆ ਬਹੁਤ ਲੋਕਾਂ ਦੇ ਕਮੈਂਟਸ ਆਏ ਇਨਬਾਕਸ ਦੇ ਵਿੱਚ ਤੇ ਕੁੜੀਆਂ ਦੇ ਵੀ ਆਏ ਲੇਡੀਜ਼ ਦੇ ਵੀ ਆਏ ਤੇ ਯੰਗ ਜਿਹੜੀ ਜਨਰੇਸ਼ਨ ਹੈ ਜਿਹੜੀ ਹੁਣ ਉਦੋਂ 2012 ਚ ਮਿਲਦਾ ਉਦੋਂ 12 ਸਾਲ ਦੇ ਹੋਣਗੇ ਅੱਜ 20 ਸਾਲ ਦੇ ਹੋਗੇ ਉਹਨੇ ਉਹ ਵੀ ਕਹਿੰਦੇ ਬਾਈ ਨਜ਼ਾਰਾ ਆ ਗਿਆ ਗਾਣਾ ਸੁਣ ਕੇ ਯਾਰ ਪਹਿਲੀ ਵਾਰੀ ਸੁਣਿਆ ਪਰ ਜਿਨ੍ਹਾਂ ਨੇ ਉਦੋਂ ਸੁਣਿਆ ਸੀ ਉਹ ਉਹਨਾਂ ਚੋਂ ਕਈ ਮੇਰੇ ਦੋਸਤ ਨੇ ਮੈਂ ਕੱਲੇ-ਕੱਲੇ ਦਾ ਨਾਂ ਤਾਂ ਨਹੀਂ ਲੈ ਸਕਦਾ ਪਰ ਉਹਨਾਂ ਨੇ ਵੀ ਕਿਹਾ ਕਹਿੰਦੇ ਬਾਈ ਜੀ ਸਵੇਰ ਦਾ ਦੋ ਵਾਰ ਸ਼ੇਅਰ ਕਰਤਾ ਤੇ ਸਵੇਰ ਦਾ ਗੱਡੀ ਚ ਹੀ ਚੱਲਦਾ ਨੈਸ਼ਨਲ ਵਿਲੇਜਰ ਚੀਜ਼ਾਂ ਵਰਤੀਆਂ ਛੋੜੂ ਯਾਰ ਨਹੀਂ ਵਰਤੀਦੇ ਹੋ ਜਾਨ ਚਾਹੀਦੀ ਜਾਨ ਚਾਹੀਦੀ ਜਾਨ ਚਾਹੀਦੀ ਜਾਨ ਚਾਹੀਦੀ ਜਾਨ ਚਾਹੀਦੀ ਤੇ ਹੱਸ ਕੇ ਤੂੰ ਮੰਗ ਲਈ ਬਹੁਤੀ ਚੁਸਤੀ ਚਲਕੀ ਵਾਲੀ ਲੋੜ ਨਾ ਓ ਯਾਰੀ ਜੱਸੀ ਦੀ ਹੋਵੇ ਕਿਦੀ ਬਾਜ਼ਾਰ ਨਾ ਨਹੀਂ ਤੇ ਜੱਗੀ ਉੱਤੇ ਦੱਲਿਆਂ ਦੀ ਥੋੜਨਾ ਆ ਜੱਗੀ ਉੱਤੇ ਦੱਲਿਆਂ ਦੀ ਥੋੜਨਾ ਪਰੋਂ ਪਰੋਂ ਜਿਵੇਂ ਪਾਣੀ ਦੇ ਉੱਤੇ ਤੇਲ ਤੈਰਦਾ ਤੂੰ ਉੱਪਰ ਉੱਪਰ ਤੈਰਦਾ ਅੰਦਰ ਡੁੱਬ ਕੀ ਲਾਉਣੀ ਪੈਂਦੀ ਐ ਸੋ ਅਸੀਂ ਆਪਣੇ ਤਜਰਬੇ ਚੋਂ ਬੋਲਦੇ ਹੁੰਦੇ ਹਾਂ ਬੇਟੇ ਐ ਨਹੀਂ ਕਰੀਦਾ ਹੁੰਦਾ ਆ ਇੱਕ ਮਾ ਰਤੀ ਕ ਨਵੀਂ ਚੀਜ਼ ਆਈ ਸੀ ਕਿ ਓ ਛੋੜੂ ਇਹ ਤੂੰ ਨਹੀਂ ਚੱਲਦਾ ਇਹ ਤੇਰਾ ਟਾਈਮ ਐ ਛੋੜੇ ਇਹ ਤੂੰ ਨਹੀਂ ਚੱਲਦਾ ਇਹ ਤੇਰਾ ਟਾਈਮ ਐ ਪਰ ਦੁਨੀਆ ਤੂੰ ਹੀਓ ਖਿੱਚੀ ਫਿਰਦਾ ਐ ਇਹ ਤੇਰਾ ਵਹਿਮ ਐ ਹੈ ਸੱਚ ਐ ਕੋੜਾ ਤਾਂ ਲੱਗੂ ਗਈ ਸੋ ਇਹੋ ਜਿਹੇ ਜਿਹੜੇ ਤੁਸੀਂ ਸਾਡੀ ਸਾਦੀ ਜੀ ਹੋਰ ਵੱਡੀ ਕੀ ਅੰਗਲ ਹੋ ਸਕਦੀ ਐ ਬਾਈ ਜੀ ਇਹ ਪੁੱਛ ਰਹੇ ਨੇ موسی ਤੋਂ ਕੀ ਮਤਲਬ ਐ ਬਾਈ ਜੀ ਥੋੜਾ ਸਬਰ ਵੀ ਰੱਖੋ ਹੌਣ ਤਾਂ ਦੋ ਜਿੱਥੇ ਤੁਸੀਂ ਸਮਝ ਰਹੇ ਹੋ ਸ਼ਾਇਦ ਉਹੀ ਹੋਵੇ ਸ਼ਾਇਦ ਉਸ ਤੋਂ ਵੱਡੀ ਗੱਲ ਹੋਵੇ ਮੈਂ ਛੋਟੀ ਗੱਲ ਨਹੀਂ ਕਰਦਾ ਕਦੀ ਵੀ ਗੱਲ ਵੱਡੀ ਹੋਏਗੀ ਛੋਟੀ ਗੱਲ ਨਹੀਂ ਸੋ ਬਾਈ ਭੇਡਾਂ ਮਗਰ ਲੱਗੀਆਂ ਫਿਰਦੀਆਂ ਵਾ ਵਾ ਸਿੱਧੂ ਨਾਲ ਲੱਗਦਾ ਕੰਟਰੋਵਰਸੀ ਇਸ Song 'ਚ ਵੀ ਆ ਲੈ ਜੀ ਠੀਕ ਐ ਸਾਸਰੀਕਾਲ ਬਾਈ ਜੀ ਸਿੰਘ ਜੋ ਸਿੰਘ ਜਾ ਕਹਿੰਦੇ ਨੇ ਰਾਜੂ ਬੱਬਰ ਹੈਲੋ ਕਰ ਰਹੇ ਨੇ 22 ਸਲੂਟ ਆ ਤੁਹਾਨੂੰ ਤੁਸੀਂ ਕੋਸ਼ਿਸ਼ ਕੀਤੀ ਸੀ ਪੰਜਾਬ ਨੂੰ ਬਚਾਉਣ ਦੀ ਬਾਈ ਜੀ ਸਰਦਾਰ ਗਗਨਦੀਪ ਸਿੰਘ ਜੀ ਉਹ ਮੈਂ ਨਹੀਂ ਤੁਸੀਂ ਕਿਹਾ ਤਾਂ ਉਹ ਤੁਸੀਂ ਤੁਸੀਂ ਵੀ ਆਉਨੇ ਹੋ ਮੈਂ ਕੱਲਾ ਨਹੀਂ ਸੀ ਯਾਰ ਕੋਸ਼ਿਸ਼ ਤਾਂ ਸਭ ਦੀ ਸੀ ਬਸ ਲੀਡਰਾਂ ਦਾ ਲਾਲਚ ਮਾਰ ਗਿਆ ਪਰ ਹੁਣ ਉਹਦੀ ਉਸ ਗੱਲ 'ਚ ਮੈਂ ਜਾਣਾ ਨਹੀਂ ਚਾਹੁੰਦਾ ਬਾਈ ਜੀ ਬਹੁਤ ਦਿਲ ਸਾਫ ਆ ਤੁਹਾਡੀ ਮਿਹਨਤ ਬਹੁਤ ਵਸਕਰ ਹੋਣਾ ਆਪਣੀ ਮਿਹਨਤ ਬਹੁਤ ਸੀ ਜੇ ਬੈਠੇ ਉਹ ਹੁਣ ਨੂੰ ਪੰਜਾਬ ਨੂੰ ਬਚਾਉਣਾ ਭਾਈ ਕੋਈ ਗੱਲ ਨਹੀਂ ਥੋੜੀ ਜ਼ਿੰਮੇਵਾਰੀ ਤੁਸੀਂ ਨਿਭਾ ਲਓ ਸਾਰੀ ਜ਼ਿੰਮੇਵਾਰੀ ਅਸੀਂ ਠਿੱਕਾ ਲਿਆ ਤੂੰ ਨਹੀਂ ਕੁਝ ਕਰਨਾ ਪੰਜਾਬ ਨੂੰ ਬਚਾਉਣਾ ਤੂੰ ਬਚਾ ਲਾ ਕਦੀ ਹੁਣ ਇੱਕ 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 ਇਕੱਲਾ ਥੱਕ ਜਾਏਗਾ ਮਿਲ ਕੇ ਜ਼ੋਰ ਲਗਾਣਾ ਸਾਥੀ ਹੱਥ ਬੜਾਣਾ ਸਾਥੀ ਹੱਥ ਬੜਾਣਾ ਸੁਣੀ ਗਾਣਾ ਠੀਕ ਹੈ ਆਪਣੇ ਆਪਣੀ ਜ਼ਿੰਮੇਵਾਰੀ ਵੀ ਨਿਭਾਇਆ ਕਰੋ ਇੱਥੇ ਆ ਕੇ ਕਮੈਂਟ ਕਰਨ ਨਾਲ ਬਾਈ ਗੱਲ ਥੋੜੀ ਨਾ ਬਣਨੀ ਆ ਵੀ ਬਾਈ ਤੂੰ ਕੀ ਕਰ ਲਿਆ ਬਾਈ ਤੂੰ ਇੱਥੇ ਨਹੀਂ ਗਿਆ ਸੰਗਰੂਰ ਨਹੀਂ ਪਹੁੰਚਿਆ ਇੱਥੇ ਨਹੀਂ ਪਹੁੰਚਿਆ ਉਧਰ ਬਾਈ ਯਾਰ ਗੱਲ ਸੁਣੋ ਕੋਈ ਬੇਈਮਾਨੀ ਦਾ ਕੋਈ ਲੈਵਲ ਲਾਉਤਾ ਦੱਸੋ ਜੋ ਕਰੀਦਾ ਦਿਲਾਂ ਨੂੰ ਦਿਲੋਂ ਕਰੀਦਾ ਜੇ ਕੋਈ ਗੱਦਾਰ ਆ ਤਾਂ ਗੱਦਾਰ ਨੂੰ ਮੂੰਹ ਤੇ ਗੱਦਾਰ ਕਰੀਦਾ ਪਿੱਠ ਪਿੱਛੇ ਨਹੀਂ ਪਿੱਠ ਪਿੱਛੇ ਨਾ ਕਹੋ ਜਿੱਦਣ ਮਿਲੋ ਉਦਣ ਮੂੰਹ ਤੇ ਕਿਓ ਸੋ ਬੱਕਰ ਬਾਈ ਬਣ ਗਿਆ ਲਵ ਯੂ ਵੀਰ ਉਹ ਗੱਗੂ ਰਾਜੋ ਮੱਜਰੀਆ ਵਾਹ ਕਹਿੰਦਾ ਉੱਡਦਾ ਤੀਰ ਚੜਦੇ ਹੀ ਗਲਾ ਚ ਰਹਿ ਵੀਰੇ ਤੀਰ ਦਾ ਰੁਖ ਤਾਂ ਬਦਲ ਜਾਂਦਾ ਹੁੰਦਾ ਪਿੱਛਾ ਵਚਾ ਕੇ ਰੱਖਣਾ ਰਾਜੋ ਮੱਜਰੀਆ ਜੀ ਸਸਰੀਕਾਲ ਜੀ ਲਵ ਯੂ ਬਾਈ ਲਵ ਯੂ ਬ੍ਰੋ ਯੂ ਮੇਡ ਆ ਹੁੰਦਾ ਰਹਿੰਦਾ ਮੇਰੇ ਫੈਨ ਵੀ 10 ਲੱਖ 15 ਲੱਖ ਹੋ ਜਾਂਦੇ ਨਹੀਂ ਹੋਇਆ ਕੀ ਟੈਨਸ਼ਨ ਹੈ ਤੁਸੀਂ ਤਾਂ ਨਹੀਂ ਛੱਡ ਕੇ ਗਏ ਪੇਜ ਥੈਂਕ ਯੂ ਆ ਤੁਹਾਡਾ ਟੈਨਸ਼ਨ ਨਾ ਲਿਆ ਕਰੋ ਮੈਂ ਇਹਨਾਂ ਚੀਜ਼ਾਂ ਨੂੰ ਪ੍ਰਵਾਹ ਨਹੀਂ ਕਰਦਾ ਵੀ ਇਹਦੇ ਇੰਨੇ ਫੈਨ ਐ ਤੇ ਇਹਦੇ ਇੰਨੇ ਵਿਊ ਐ ਜਦੋਂ ਚਿੱਤ ਕਰੂਗਾ ਦਿਲੋਂ ਬੋਲਾਂਗੇ ਜਦੋਂ ਦਿਲ ਨਹੀਂ ਕਰਦਾ ਬੋਲਣਾ ਉਹਨਾਂ ਨੂੰ ਉਦੋਂ ਕੀ ਬੋਲਾਂਗੇ ਮਜਬੂਰੀ ਨਹੀਂ ੱਟਕਾ ਨਹੀਂ ਚੱਲਦਾ ਵੀਰੇ ਪਟਕਾ ਕੇ ਜਦੋਂ ਨੈਸ਼ਨਲ ਵਿਲੇਜਰ 2 ਆਊਗਾ ਤਸੱਲੀ ਕਰਾ ਦਾਂਗੇ ਫਿਰ ਉਹੀ ਗੱਲ ਹੈ ਨਾ ਉਹ ਕਾਕਾ ਤੂੰ ਨਹੀਂ ਚੱਲਦਾ ਇਹ ਤੇਰਾ ਟਾਈਮ ਹੈ ਇੰਡਸਟਰੀ ਤੂੰ ਹੀ ਖਿੱਚੀ ਫਿਰਦਾ ਹੈ ਬੇਟੇ ਤੇਰਾ ਵਹਿਮ ਹੈ ਕਲਮ ਦਾ ਜਵਾਬ ਕਲਮ ਨਾਲ ਦੇਤਾ ਬਾਪ ਸਭ ਦਾ ਹੀ ਹੁੰਦਾ ਰੱਖੀ ਕੋ ਗੱਲ ਚੇਤਾ ਲਵ ਯੂ ਕੀਪ ਸ਼ੇਅਰਿੰਗ ਕੀਪ سپورਟਿੰਗ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੀ